ਇਸ ਮੁੜੇ ਹੋਏ ਸਟਰੋ ਸਪਿਨਰ ਨੂੰ ਬਣਾਉਣ ਲਈ ਸਿਰਫ 2 ਮਿੰਟ ਲੱਗਦੇ ਹਨ। ਤੁਹਾਨੂੰ ਇਹਦੇ ਲਈ 2 ਮੁੜੀਆਂ ਸਟਰੋਜ਼, ਇੱਕ ਵੱਡਾ ਮੋਤੀ, ਰਬੜ ਬੈਂਡ ਤੇ ਕੈਂਚੀ ਚਾਹੀਦੀ ਹੈ। ਇੱਕ ਸਟਰੋ ਦੀ ਲੰਬਾਈ ਦੇ ਨਾਲ ਨਾਲ ਇੱਕ ਕੱਟ ਮਾਰੋ। ਇਸ ਕੱਟ ਨੂੰ ਦਬਾਓ ਤੇ ਦੂਜੇ ਸਟਰੋ ਵਿੱਚ ਧਕੇਲੋ। ਇਸ ਤਰ੍ਹਾਂ ਦੋਨੋਂ ਸਟਰੋ ਜੁੜ ਜਾਣਗੇ ਤੇ ਹੁਣ ਇੱਕ ਕੋਨੇ ਨੂੰ ਆਪਣੇ ਮੂੰਹ ਵਿੱਚ ਪਾਓ ਤੇ ਫੂਕ ਮਾਰੋ। ਦੂਜਾ ਕੋਨਾ ਹਾਥੀ ਦੀ ਸੁੰਡ ਵਾਂਗ ਉੱਤੇ ਉੱਠ ਜਾਏਗਾ। ਹੁਣ ਥੱਲੜੇ ਕੋਨੇ ਨੂੰ 90 ਡਿਗਰੀ ਦੇ ਮੋੜੋ। ਫੂਕ ਮਾਰਨ ਤੇ ਪੂਰੀ ਸਟਰੋ ਗੋਲ ਗੋਲ ਘੁੰਮੇਗੀ। ਹੁਣ ਹੁਣ ਦੋਹਾਂ ਸਟਰੋਜ਼ ਨੂੰ ਕੱਟ ਕੇ ਛੋਟਾ ਕਰੋ। ਇੱਕ ਵਾਰੀ ਫਿਰ ਇੱਕ ਸਟਰੋ ਦੀ ਲੰਬਾਈ ਦੇ ਨਾਲ ਕੱਟ ਪਾਓ। ਇਸ ਕੱਟ ਨੂੰ ਦਬਾਓ ਤੇ ਦੂਜੀ ਸਟਰੋ ਵਿੱਚ ਧਕੇਲੋ। ਇਸ ਤਰ੍ਹਾਂ ਦੋਨੋਂ ਸਟਰੋ ਜੁੜ ਜਾਣਗੀਆਂ। ਹੁਣ ਇੱਕ ਢਿੱਲਾ ਮੋਤੀ ਟਿਕਾਓ ਤੇ ਇੱਕ ਰਬੜ ਨਾਲ ਬੰਨ੍ਹ ਦਿਓ। ਇਹ ਰਬੜ ਇੱਕ ਸਟੋਪਰ ਦਾ ਕੰਮ ਕਰੇਗਾ ਤੇ ਸਾਨੂੰ ਉਹਨੂੰ ਨਿਗਲਣ ਤੋਂ ਰੋਕੇਗਾ। ਹੁਣ ਇਹ ਮੋਤੀ ਨੂੰ ਆਪਣੇ ਬੁੱਲਾਂ ਨਾਲ ਫੜੋ ਤੇ ਫੂਕ ਮਾਰੋ। ਤੁਹਾਡੀ ਹੈਰਾਨੀ ਲਈ ਪੂਰਾ ਢਾਂਚਾ ਤੇਜ਼ ਗੋਲਿਆਂ ਵਿੱਚ ਘੁੰਮੇਗਾ। ਇਹ ਇੱਕ ਬਹੁਤ ਹੀ ਵਧੀਆ ਬੇਅਰਿੰਗ ਦਾ ਕੰਮ ਕਰੇਗਾ।